ਤੇ ਹੁਣ ਗੱਲ ਅੰਮ੍ਰਿਤਸਰ ਦੀ ਹੁਣ ਧੂੜ ਮਿੱਟੀ ਤੇ ਗਰਮੀ ਤੋਂ ਬਚਣ ਲਈ ਮੂੰਹ ਤੇ ਕਪੜਾ ਬੰਨ ਕੇ ਬਾਈਕ ਚਲਾਉਣ ਤੇ ਤੁਹਾਡੇ ਖਿਲਾਫ ਕੇਸ ਦਰਜ ਹੋ ਸਕਦਾ ਹੈ ਤੇ ਇਸ ਸੰਬੰਧੀ ਅੰਮ੍ਰਿਤਸਰ ਪੁਲਿਸ ਨੇ ਸਖਤ ਹੁਕਮ ਜਾਰੀ ਕੀਤੇ ਨੇ ਜੇ ਤੁਸੀਂ ਗਰਮੀ ਅਤੇ ਧੂੜ ਮਿੱਟੀ ਤੋਂ ਬਚਣ ਦੇ ਲਈ ਮੂੰਹ ਤੇ ਕਪੜਾ ਬੰਨ ਕੇ ਬਾਈਕ ਚਲਾਉਂਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਮੂੰਹ ਢੱਕ ਕੇ ਬਾਈਕ ਚਲਾਉਣੀ ਕਾਨੂੰਨ ਦੀ ਉਲੰਘਣਾ ਹੈ ਅਤੇ ਤੁਹਾਡੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ ਕਿਉਂਕਿ ਅੰਮ੍ਰਿਤਸਰ ਪੁਲਿਸ ਨੇ ਹੁਕਮ ਜਾਰੀ ਕੀਤੇ ਨੇ ਕਿ ਜੇ ਤੁਸੀਂ ਮੂੰਹ ਤੇ ਕਪੜਾ ਬੰਨ ਕੇ ਬਾਈਕ ਚਲਾਉਂਦੇ ਹੋ ਤਾਂ ਤੁਹਾਡੇ ਖਿਲਾਫ ਕੇਸ ਦਰਜ ਹੋਵੇਗਾ ਅਤੇ ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ 20 ਕੇਸ ਦਰਜ ਵੀ ਕਰ ਚੁੱਕੀ ਹੈ ਸਿਟੀ ਦੇ ਸੁਰੱਖਿਆ ਲਈ ਪਲੱਸ ਮਿਸਕ੍ਰੀਐਂਟਸ ਦੇ ਕੰਟਰੋਲ ਮੂਵਮੈਂਟ ਦੇ ਕੰਟਰੋਲ ਕਰਨ ਲਈ ਮਾਨਯੋਗ ਕਮਿਸ਼ਨਰ ਸਰ ਵੱਲੋਂ ਸੈਕਸ਼ਨ 144 CRPC ਦੇ ਤਹਿਤ ਆਰਡਰ ਪਾਸ ਕੀਤੇ ਗਏ ਹਨ ਉਹਦੇ ਵਿੱਚੋਂ ਮੋਟਰਸਾਈਕਲ ਸਵਾਰ ਨੇ ਜਿਹਨੇ ਉਹਨਾਂ ਨੇ ਆਪਣੇ ਮੂੰਹ ਬੰਦ ਕਰਕੇ ਜਾਂਦੇ ਹੈ ਉਹ ਬਿਲਕੁਲ ਬੰਦ ਹੈ ਇਹਦੇ ਵਿੱਚੋਂ ਅਸੀਂ ਸਖਤੀ ਕਾਰਵਾਈ ਹੁਣ ਕਰ ਰਹੇ ਨੇ ਪਿਛਲੇ 2 ਦਿਨ ਦੇ ਵਿੱਚ ਅਸੀਂ 20 ਕੇਸਿਸ ਦਰਜ ਕੀਤੇ ਹਨ ਸੈਕਸ਼ਨ 188 IPC ਦੇ ਤਹਿਤ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਹੁਕਮ ਕਿਉਂ ਜਾਰੀ ਕੀਤੇ ਗਏ ਨੇ DCP ਨੇ ਦੱਸਿਆ ਕਿ ਕੁਝ ਮੁਜਰਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੂੰਹ ਤੇ ਕਪੜਾ ਬੰਨ ਕੇ ਫਰਾਰ ਹੋ ਜਾਂਦੇ ਨੇ ਅਤੇ ਉਹਨਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਉਹਨਾਂ ਦੱਸਿਆ ਕਿ ਆਮ ਤੌਰ ਤੇ ਗਰਮੀ ਅਤੇ ਧੂੜ ਮਿੱਟੀ ਤੋਂ ਬਚਣ ਦੇ ਲਈ ਬਾਈਕ ਚਲਾਉਂਦੇ ਵਕਤ ਮੁੰਡੇ ਕੁੜੀਆਂ ਵੀ ਆਪਣਾ ਮੂੰਹ ਢੱਕ ਲੈਂਦੇ ਨੇ ਅਤੇ ਅਜਿਹੇ ਵਿੱਚ ਆਮ ਲੋਕਾਂ ਤੇ ਮੁਜਰਮਾਂ ਦੇ ਵਿਚਾਲੇ ਫਰਕ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ CCTV ਕੈਮਰਾ ਵਿੱਚ ਕਈ ਜਗ੍ਹਾ ਪੇ ਆ ਗਏ ਉਹਦੇ ਵਿੱਚ ਮੋਟਰਸਾਈਕਲ ਜਾਂ ਪਰਸ ਸਨੈਚਿੰਗ ਹੁੰਦੀ ਹੈ ਉਹਦੇ ਵਿੱਚੋਂ ਸਾਰੇ ਬੰਦੇ ਨੇ ਮੂੰਹ ਬੰਦ ਕਰਕੇ ਫਿਰ ਸਾਡੇ ਤਫਤੀਸ਼ ਵਿੱਚ ਥੋੜ੍ਹਾ ਦਿੱਕਤ ਆ ਜਾਂਦੇ ਹਨ ਸ਼ਹਿਰ ਨਿਵਾਸੀਆਂ ਨੂੰ ਸਾਰੇ ਅਸੀਂ ਬੇਨਤੀ ਕੀਤੀ ਜਾ ਰਹੇ ਹਾਂ ਆਪਣੇ ਆਪਣੇ ਜਿਹੜੇ ਮੋਟਰਸਾਈਕਲ ਸਵਾਰ ਨੇ ਇਹ ਬਿਲਕੁਲ ਕਾਨੂੰਨ ਦਾ ਉਲੰਘਣਾ ਨਹੀਂ ਕਰਨਾ ਹੈ DCP ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਤੇ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਬਾਰੇ ਸ਼ਹਿਰ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹਨਾਂ ਹੁਕਮਾਂ ਦਾ ਪਾਲਣ ਕਰਨ ਰਾਜਨ ਗੁਸਾਈ ਜ਼ੀ ਮੀਡੀਆ ਅੰਮ੍ਰਿਤਸਰ ਹੁਣ ਇੰਟਰਨੈਟ ਦਾ ਜ਼ਮਾਨਾ ਹੈ ਹਰ ਚੀਜ਼ ਔਨਲਾਈਨ ਮਿਲਣ ਲੱਗੀ ਹੈ ਅਤੇ ਹੁਣ ਤੁਸੀਂ ਲੋੜ ਪੈਣ 'ਤੇ ਬਲੱਡ ਵੀ ਔਨਲਾਈਨ ਲੈ ਸਕਦੇ ਹੋ ਅਤੇ ਇਸ ਸੰਬੰਧੀ ਪਠਾਨਕੋਟ ਸਿਵਲ ਹਸਪਤਾਲ ਨੇ ਇੱਕ ਵੈਬਸਾਈਟ ਜਾਰੀ ਕੀਤੀ ਹੈ ਹੁਣ ਤੁਹਾਨੂੰ ਬਲੱਡ ਔਨ ਡਿਮਾਂਡ ਮਿਲੇਗਾ ਤੁਸੀਂ ਇਸ ਦੇ ਲਈ ਔਨਲਾਈਨ ਡਿਮਾਂਡ ਕਰ ਸਕਦੇ ਹੋ ਇਸ ਸੰਬੰਧੀ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ DC ਅਮਿਤ ਕੁਮਾਰ ਦੀ ਅਗਵਾਈ ਵਿੱਚ makeinpunjab.org ਨਾਂ ਦੀ ਇੱਕ ਵੈਬਸਾਈਟ ਲਾਂਚ ਕੀਤੀ ਗਈ ਇਸ ਵੈਬਸਾਈਟ ਬਾਰੇ ਜਾਣਕਾਰੀ ਦਿੰਦਿਆਂ SMO ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਇਸ ਸਾਈਟ 'ਤੇ ਆਪਣੀ ਡਿਮਾਂਡ ਦੇ ਕੇ ਬਲੱਡ ਪ੍ਰਾਪਤ ਕਰ ਸਕਦਾ ਹੈ ਬਲੱਡ ਬੈਂਕ ਦੇ ਵਿੱਚ DC ਸ਼੍ਰੀ ਅਮਿਤ ਕੁਮਾਰ ਜੀ ਦੇ ਅਗਵਾਈ ਹੇਠ ਇੱਕ ਵੈਬਸਾਈਟ ਖੁੱਲ੍ਹੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਔਨਲਾਈਨ ਬਲੱਡ ਦੀ ਜਿਹੜੀ ਹੈ ਡਿਮਾਂਡ ਵੀ ਕਰਾਂਗੇ ਔਰ ਡੋਨਰਸ ਵੀ ਉਹਦੇ ਵਿੱਚ ਹੋਣਗੇ ਤਾਂ ਕਿ ਕਿਸੇ ਵੀ ਪੇਸ਼ੈਂਟ ਨੂੰ ਅਗਰ ਜ਼ਰੂਰਤ ਹੈ ਉਹ ਡਿਮਾਂਡ ਪਾ ਦੇ ਅਤੇ ਡੋਨਰਸ ਆਪੇ ਦੇਖ ਕੇ ਉਹਦਾ ਬਲੱਡ ਦੇਣਗੇ SMO ਨੇ ਦੱਸਿਆ ਕਿ ਇਸ ਵੈਬਸਾਈਟ 'ਤੇ ਤਕਰੀਬਨ 5,000 ਡੋਨਰ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ ਉਹਨਾਂ ਦਾ ਟੀਚਾ 10,000 ਤੱਕ ਦਾ ਹੈ ਤਾਂ ਜੋ ਲੋੜ ਪੈਣ 'ਤੇ ਕਿਸੇ ਵੀ ਮਰੀਜ਼ ਨੂੰ ਬਲੱਡ ਦਿੱਤਾ ਜਾ ਸਕੇ ਅਤੇ ਉਸ ਦੀ ਜਾਨ ਬਚਾਈ ਜਾ ਸਕੇ ਇਹਦੇ ਵਿੱਚ ਤਕਰੀਬਨ 5,000 ਦੇ ਕਰੀਬ ਸਾਡੇ ਡੋਨਰਸ ਇਨਕਲੂਡਿੰਗ NGOs ਜਿਹੜੇ ਸਾਡੇ ਰਜਿਸਟਰ ਹੋ ਗਏ ਨੇ ਸਾਡਾ ਟੀਚਾ ਜਿਹੜਾ ਉਹ 10,000 ਦਾ ਹੈਗਾ 10,000 ਹੋ ਜਾਣਗੇ ਅਤੇ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਸਾਰੀ ਜ਼ਰੂਰਤ ਹੈ ਬਲੱਡ ਬੈਂਕ ਦੀ ਉਹਦੇ ਤੋਂ ਪੂਰੀ ਹੋ ਜਾਏਗੀ ਖੂਨਦਾਨ ਮਹਾਦਾਨ ਹੈ ਕਿਉਂਕਿ ਇਸ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪਠਾਨਕੋਟ ਸਿਵਲ ਹਸਪਤਾਲ ਦੀ ਇਸ ਪਹਿਲ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਨਾਂ ਰਜਿਸਟਰਡ ਕਰਵਾਏ ਅਜੇ ਮਹਾਜਨ ਜ਼ੀ ਮੀਡੀਆ ਗੁਰਦਾਸਪੁਰ ਅਤੇ ਹੁਣ ਖਬਰ ਤੁਹਾਡੀ ਸਿਹਤ ਨਾਲ ਜੁੜੀ ਹੋਈ ਮੋਹਾਲੀ ਦੇ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ ਵਿੱਚ ਕਣਕ ਦੀ ਇੱਕ ਵਿਸ਼ੇਸ਼ ਕਿਸਮ ਤਿਆਰ ਕੀਤੀ ਗਈ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਈ ਬਿਮਾਰੀਆਂ ਲਈ ਰਾਮਬਾਣ ਹੋਏਗੀ ਇਹ ਰੰਗ ਬਿਰੰਗੀ ਕਣਕ ਹੁਣ ਤੁਹਾਡੇ ਦੁੱਖ ਦੂਰ ਕਰੇਗੀ ਜਾਮਨੀ ਨੀਲੇ ਅਤੇ ਕਾਲੇ ਰੰਗ ਦੀ ਇਹ ਕਣਕ ਕਈ ਬਿਮਾਰੀਆਂ ਤੋਂ ਤੁਹਾਡਾ ਬਚਾਅ ਕਰੇਗੀ ਅਤੇ ਤੁਹਾਨੂੰ ਫਿੱਟ ਰੱਖੇਗੀ ਇਹ ਦਾਅਵਾ ਡਾਕਟਰ ਮੋਨਿਕਾ ਗਰਗ ਨੇ ਕੀਤਾ ਹੈ ਮੋਹਾਲੀ ਦੇ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ ਵਿੱਚ ਵਿਗਿਆਨਿਕ ਦੇ ਤੌਰ ਤੇ ਕੰਮ ਕਰ ਰਹੀ ਡਾਕਟਰ ਮੋਨਿਕਾ ਗਰਗ ਨੇ ਦੱਸਿਆ ਕਿ ਉਹਨਾਂ ਵੱਲੋਂ ਤਿਆਰ ਕੀਤੀ ਗਈ ਇਸ ਖਾਸ ਕਿਸਮ ਦੀ ਕਣਕ ਵਿੱਚ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੇ ਨਾਲ ਲੜਨ ਦੇ ਗੁਣ ਮੌਜੂਦ ਨੇ ਐਂਟੀ ਡਾਇਬੀਟਿਕ ਐਂਟੀ ਕੋਲੈਸਟ੍ਰੋਲ ਔਰ ਐਂਟੀ ਓਬੈਸਿਟੀ ਲਾਈਕ ਮੋਟਾਪੇ ਕੋ ਕਮ ਕਰੇਗੀ ਔਰ ਉਸ ਡਾਇਬੀਟਿਸ ਕੋ ਬਲੱਡ ਗਲੂਕੋਸ ਕੋ ਕੰਟਰੋਲ ਕਰੇਗੀ ਜਿਸ ਸੇ ਹਮਾਰੀ ਡਾਇਬੀਟਿਸ ਕੰਟਰੋਲ ਹੋਗੀ
हमारे बुरे हमारे शरीर में जो बुरे कोलेस्ट्रॉल होता है लो डेंसिटी कोलेस्ट्रॉल उसको भी ये कम कर रही है। डॉक्टर मोनिका गर्ग ने यह भी दावा किया कि इस कणक विच आम कणक के मुकाबले 60% ज्यादा आयरन 35% ज्यादा जिंक हुंदी है जो कुपोषण नूं दूर कर सकती है। इस कणक विच फलां तों मिलण वाले विटामिन भी मिलणगे। उन्हें दस्या कि जल्द ही इस कणक की बिजाई पंजाब विच शुरू होवेगी अते इसलिए किसानां नूं प्रेरित किया जा रहा है। उन्हें यह भी उम्मीद जताई कि कुछ ही महीनों के विच इह कणक बाजार विच मिल सकेगी। रविंदर सिंह जी मीडिया चंडीगढ़। रियो ओलंपिक 2016 विच भारत की धी पीवी सिंधु भावें ही फाइनल मुकाबला हार गई होवे पर उन्होंने 125 करोड़ भारतीयों के दिलों जितण के नाल ही एक नवा इतिहास रच दिता। इस दे नाल ही सिंधु ओलंपिक विच सिल्वर मैडल जितने वाली पहली भारतीय महिला खिडारी बन गई है। तो सिंधु ने कहा कि उन्होंने कदे भी मैडल के बारे में नहीं सोचा। खुद सिंधु तो सुनो उन्हां दी फाइनल तक पहुंचने की पूरी कहानी। यह अजिहा लम्मा सी जिसका 125 करोड़ भारती इंतजार कर रहे सन। रियो दे पवेलियन नंबर 4 विच भारत का तिरंगा शान दे नाल उपर जा रहा सी। तिरंगे दे हेठां खड़ी सी देश की शान अते बैडमिंटन दी सिल्वर परी सिंधु। रियो ओलंपिक दे विच भारतीय बैडमिंटन खिडारी पीवी सिंधु ने इतिहास रच दिता है। सिंधु ने दसाया कि उसने मेडल दे लई 12 साल दी उम्र तों तैयारी कीती सी। बहुत अच्छा फीलिंग है ऑब्वियसली। आई हैव नो वर्ड्स टू एक्सप्रेस क्योंकि आई ऑन क्लाउड 9 आई कैन टेल यू दिस एंड फर्स्ट ओलंपिक्स में मेडल आई थिंक इट्स अ डिफरेंट फीलिंग एंड मेरा एम था रियो में ओलंपिक्स लेके ओलंपिक्स में मेडल लेके आने के लिए एंड आई हैव डन इट। दुनिया दी नंबर 1 खिडारी नु सिंधु ने सख्त टक्कर दित्ती। गेम दे विच सिंधु पछड़दी सी पर दुख ने जोश दे नाल वापसी करके कैरोलिना मरीन नु हैरान कर दिंदी सी। It was a good match and kabhi aarna hai kabhi jeetna hai and I feel today it was her day and Carolina bhi bahut acha khel rahi thi and as she played really well and I congratulate her and overall ye week bahut acha tha mere liye and I've settled with silver but then obviously I'm really happy a bit nervous but then I feel it is a great moment kyunki I mean I've never thought I would get a medal and from the first round it's been really very tough। सिंधु गोल्ड तो नहीं जित सकी पर सिल्वर मैडल जितने वाली बैडमिंटन की पहली भारतीय महिला खिडारी जरूर बन गई है। पूरा देश बहुत एंग्शियस था। आप सोई थी रात में? मतलब ऑब्वियसली थिंकिंग तो रहता है कि यू नो आई हैव टू विन अगेंस्ट हर एंड ऑब्वियसली फाइनल्स में एक ही जीत सकते हैं एंड आई फॉट हार्ड टू एंड आई जस्ट गेव माई हार्ट आउट बट इट वॉज her day I feel so at night I was just thinking about the match matlab kya ho raha hai kya khelna hai strategy wise I was discussing with my coach। sakht muqable vich carolina chitti court te kai baar shuttle nu leke dohan de vichale matbhed vi hoye par haran de baad vi sindhu khud carolina de kol gayi ate us nu gale laya। of course jeetne ke baad you know it's you will like not know that okay fine I am the winner and I'm the gold medalist at the Olympics so I think both of us played really well and it was a time to congratulate her kyunki unhone bahut acha kheli thi and I went there and I hugged her saying that you've played brilliantly well and wo bhi bol rahi thi ki ye mere liye bahut acha week tha and I've been winning against the players like the top players and it's been a brilliant week and even she congratulated me and I was very happy for that। Sindhu ne olympic de vich jit ke bharat da naam uccha kar ditta hai par apne is jit de piche coach gopi chand di mehnat nu vi oh nahi bhulli hai। Definitely I'm very thankful to my coach kyunki unhone mere liye bahut sacrifices kiya and I've done many sacrifices and obviously kuch paane ke liye you will have to sacrifice something and basically I think it was like I can just tell you that if you really work hard automatically you will get the success and I've really worked hard and I've pure desh vich sindhu di jeet de layi
ਦੁਆਵਾਂ ਮੰਗੀਆਂ ਜਾ ਰਹੀਆਂ ਸਨ। ਪੂਜਾ ਅਰਚਨਾ ਹੋ ਰਹੀ ਸੀ ਪਰ ਸਿੰਧੂ ਜਿੱਤ ਨਾ ਸਕੀ। ਪਰ ਇਸ ਹਾਰ ਦੇ ਬਾਅਦ ਵੀ ਹੈਦਰਾਬਾਦੀ ਪੀ ਵੀ ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਪਰਤ ਕੇ ਸਿੰਧੂ ਵੀ ਦੇਸ਼ ਵਾਸੀਆਂ ਦੇ ਵਿਚਾਲੇ ਜਸ਼ਨ ਮਨਾਉਣਾ ਚਾਹੁੰਦੀ ਹੈ। I think I'm going to celebrate, and then yes, it's been a long time that I didn't meet my parents, so I want to go back to India as soon as possible, and I think I would like to thank my parents and my coach and the support staff, because of them I'm here today, I can tell you this. Bureau Report, C Media. ਇਸ ਤੋਂ ਪਹਿਲਾਂ ਰੀਓ ਓਲੰਪਿਕ ਵਿੱਚ ਮੁਲਕ ਨੂੰ ਪਹਿਲਾ ਮੈਡਲ ਦਿਵਾਉਣ ਵਾਲੀ ਸਾਕਸ਼ੀ ਮਲਿਕ ਦਾ ਹਰ ਕੋਈ ਕਾਇਲ ਹੋ ਗਿਆ। ਅਜਿਹੇ ਵਿੱਚ ਹਰਿਆਣਾ ਦੇ ਬਾਲੀਵੁੱਡ ਸਿਤਾਰੇ ਵੀ ਸਾਕਸ਼ੀ ਮਲਿਕ ਨੂੰ ਵਧਾਈਆਂ ਦੇ ਰਹੇ ਨੇ। ਇਹਨਾਂ ਸਿਤਾਰਿਆਂ ਦਾ ਮੰਨਣਾ ਹੈ ਕਿ ਸਾਕਸ਼ੀ ਨੇ ਜੋ ਕਰਕੇ ਵਿਖਾਇਆ ਉਸ ਨਾਲ ਹਰਿਆਣਾ ਵਿੱਚ ਔਰਤਾਂ ਦੇ ਪ੍ਰਤੀ ਸੋਚ ਵਿੱਚ ਵੀ ਬਦਲਾਅ ਆਵੇਗਾ। ਦੇਸ਼ ਦੀ ਸ਼ਾਨ ਅਤੇ ਹਰਿਆਣਾ ਦੀ ਬੇਟੀ ਸਾਕਸ਼ੀ ਮਲਿਕ ਨੂੰ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਵਧਾਈ ਤੇ ਆਸ਼ੀਰਵਾਦ ਦੇ ਰਿਹਾ ਹੈ। ਅਜਿਹੇ ਵਿੱਚ ਹਰਿਆਣਾ ਦੇ ਬਾਲੀਵੁੱਡ ਸਿਤਾਰੇ ਭਲਾ ਕਿਵੇਂ ਪਿੱਛੇ ਰਹਿੰਦੇ? ਬਾਲੀਵੁੱਡ ਦੇ ਇਲਾਵਾ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੀ ਤਾਕ ਜਮਾਉਣ ਵਾਲੇ ਜਸ਼ਪਾਲ ਸ਼ਰਮਾ ਹੋਣ ਜਾਂ ਫਿਲਮ ਸੁਲਤਾਨ ਵਿੱਚ ਸਲਮਾਨ ਦੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਵੀਨ ਓਲਿਆਣ ਹੋਣ, ਸਾਰਿਆਂ ਦਾ ਮੰਨਣਾ ਹੈ ਕਿ ਸਾਕਸ਼ੀ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ ਅਤੇ ਹਰ ਹਰਿਆਣਵੀ ਨੂੰ ਸਾਕਸ਼ੀ ਤੇ ਨਾਜ਼ ਹੈ। रोहतक जिले के मोखरा गांव की साक्षी ने जो काम किया है, मेरे ख्याल से वो पूरे हिंदुस्तान का नाम ऊंचा करा है। और वह भी छोरी है, वह भी हरियाणा की है, हम लोग सब लोग उसको सैल्यूट करते हैं। उस लड़की को लख लख बधाई है। उस छोरी ने जो काम कराया है ना, तोड़ पाड़ दिया एक ली सी छोरी, वह भी हरियाणा की, जिसने हमारे देश का ही मेडल दिवाया। इन्हीं दिनी जसपाल शर्मा ते नवीन अपनी हरियाणवी फिल्म सतरंगी का प्रमोशन कर रहे ने। सतरंगी टीम मानती है कि साक्षी ने बेटियां का मान बताया है अते इस नाल हरियाणा विच औरतों के प्रति लोगों का नजरिया बदलेगा। इस दे नाल ही बेटी बचाओ बेटी पढ़ाओ मुहिम नू भी बल मिलेगा। जब मुझे पता चला था कि इसको ऐसे मेडल मिला है तो ऑब्वियसली खुशी तो मुझे होता है ना, जोश। पहले से प्रमोशन में इतना सब चल रहा था कि लड़कियों के ऊपर ये सब हो रहा है, तो मैं यही बोल रही थी कि कितने अच्छे समय पर हमारी फिल्म भी रिलीज हो रही है कि तीन मेडल आ रहे हैं और तीनों लड़कियां हैं और उसमें से एक रोहतक हरियाणा की है अपनी, और मैं भी रोहतक से हूँ तो मुझे ऐसा लग रहा है मेरी बहन जीत गई। फिल्म डायरेक्टर संदीप शर्मा का मानना है कि साक्षी की तरह जेकर कुड़ियां दुनिया विच नाम कमाउंदियां ने या फिर सतरंगी की तरह वीमेन ओरिएंटेड सिनेमा बनाया जाता है तो इस दे नाल भ्रूण हत्या वर्गे पाप नूं रोकण दे विच मदद मिलेगी। उस बहन को, उस बच्ची को तो हम नतमस्तक हैं कि इतने दिनों से ओलंपिक चल रहा है और हम बाट देख रहे थे, एडी ठा के मुंह खोल खोल के भाई मारी जोड़ी में कदम मेडल आ, मारी जोड़ी में, और मारी बेटी एक मेडल ले आई, उसके लिए हेड्स ऑफ टू हर। हरियाणवी फिल्म सतरंगी नूं नेशनल अवार्ड दे नाल नवाजा गया है। ये फिल्म 26 अगस्त नूं रिलीज हो रही है और इस फिल्म की कहानी भी वूमेन ओरिएंटेड है। कैमरामैन रजेंद्र दे नाल महेंद्र सिंह, सी मीडिया, हिसार। ते हुण गल जी पंजाब हरियाणा हिमाचल, जिसने हमेशा ही लोगों नाल जुड़े हुए मुद्दों नशर किया है। तो इस तहत असी मानसून तो पहला कई शहरों के हालातों का जायजा लिया सी, प्रशासन नूं सुचेत करन दा भी असी यतन किया ताकि मानसून तो पहला तैयारियां कीतियां जा सकन। किस तरीके नाल असी ये खबरां चलाईयां, उह छे तस्वीरां तुहानूं दस रही ने। इस नाल जुड़िया साडा अज दा सवाल है।